ਵਿਆਹ ਨੂੰ 2 ਸਾਲ ਹੋ ਗਏ ਜੀ ਅਤੇ 3 ਕੁ ਸਾਲ ਦੀ ਲੜਕਾ ਸੀਗਾ ਉਹ ਕਿਸੇ ਚੀਜ਼ ਦਾ ਆਦਮੀ ਸੀ? ਹਾਂ ਜੀ, ਨਸ਼ੇ ਦਾ ਆਦਮੀ। ਕੀ ਨਾਮ ਸੀ ਲੜਕੇ ਦਾ ਉਹਦੇ ਘਰ? ਉਹਨੂੰ ਮਿੰਟੂ ਦੇ ਕਰਕੇ ਜ਼ਿਆਦਾ ਮਿੰਟੂ ਹੀ ਜਾਣਦੇ ਆ, ਨਾਂ ਦਾ ਜਗਵਿੰਦਰ ਸਿੰਘ, ਗੁਰਵਿੰਦਰ ਸਿੰਘ ਮਿੰਟੂ। ਮੈਨੂੰ 4 ਵਜੇ ਫੋਨ ਕੀਤਾ ਕੁੜੀ ਨੇ, ਜਦੋਂ ਇਹਨਾਂ ਨੇ ਕੁੜੀ ਨੂੰ ਲਾ ਲਿਆ, ਕਹਿੰਦੇ ਵੀ ਕੁੜੀ ਜ਼ਿਆਦਾ ਪਹਿਲਾਂ ਇਹਨਾਂ ਨੇ ਬਿਮਾਰ ਜ਼ਿਆਦਾ ਢਿੱਲੀ ਲੈ ਕੇ ਆ। ਮੁੜ ਕੇ ਜਦੋਂ ਰਸਤੇ 'ਚ ਜਾਂਦਿਆਂ ਜਾਂਦਾ ਉਹਨਾਂ ਕਿਹਾ ਕੁੜੀ ਵੀ ਹਸਪਤਾਲ ਲੈ ਕੇ ਜਾ ਰਿਹਾ, ਮੈਂ ਮਗਰ ਗਿਆ। ਉਸ ਤੋਂ ਬਾਅਦ 'ਚ ਪਤਾ ਲੱਗਾ ਕਿ ਉਸ ਕੁੜੀ ਨੂੰ ਖਾ ਦੇ ਕੇ ਅਤੇ ਮਾਰਿਆ ਗਿਆ। ਤੰਗ ਕੇ ਜਦੋਂ ਲਵਾਇਆ ਚਾਚੇ ਨੇ ਲਵਾ ਕੇ, ਉਦੋਂ ਨਾਲ ਲਵਾ ਕੇ ਕੁੜੀ ਨੂੰ ਮੁੜ ਕੇ ਉਹਨਾਂ ਨੇ ਭੱਜ ਲਿਆ। ਜਾਂਦੇ ਹੋਸਪਿਟਲ ਜਦੋਂ ਅਸੀਂ ਗਏ ਹਾਂ, ਉਦੋਂ ਉਹਨਾਂ ਨੇ ਡਾਕਟਰਾਂ ਨੇ ਟੈਸਟ ਕਰਾ ਕੇ ਦਿੱਤਾ, ਅਸੀਂ ਬਾਅਦ 'ਚ ਘਰ ਲਿਆਂਦੀਏ। ਉਸ ਤੋਂ ਬਾਅਦ 'ਚ ਉਸ ਨੂੰ ਪਤਾ ਗਿਆ ਲੱਗਾ, ਅਤੇ ਉਸ ਤੋਂ ਬਾਅਦ ਅਸੀਂ ਕਰਤਾ। ਕਿੰਨੀ ਕੁ ਉਮਰ ਸੀਗੀ ਲੜਕੀ ਦੀ? ਕਿੰਨੇ ਸਾਲ ਹੋ ਗਏ ਸੀਗੇ? ਵਿਆਹ ਨੂੰ 2 ਸਾਲ ਹੋ ਗਏ ਜੀ ਅਤੇ 3 ਕੁ ਸਾਲ ਦੀ ਜਿਹੜਾ ਲੜਕਾ ਸੀਗਾ ਉਹ ਕਿਸੇ ਚੀਜ਼ ਦਾ ਆਦਮੀ ਸੀ? ਹਾਂ ਜੀ, ਨਸ਼ੇ ਦਾ ਆਦਮੀ। ਕੀ ਨਾਮ ਸੀ ਲੜਕੇ ਦਾ ਉਹਦੇ ਘਰ? ਮਿੰਟੂ ਦੇ ਕਰਕੇ ਜ਼ਿਆਦਾ ਮਿੰਟੂ ਹੀ ਜਾਣਦੇ ਆ, ਨਾਂ ਦਾ ਜਗਵਿੰਦਰ ਸਿੰਘ, ਗੁਰਵਿੰਦਰ ਸਿੰਘ ਮਿੰਟੂ। ਕਿੱਥੇ ਦੇ ਰਹਿਣ? ਉਹ ਬਾਬਾ ਨਾਮ ਦੇ ਕਲੀ। ਤੁਸੀਂ ਕਿਹੋ ਜਿਹੀ ਕਾਰਵਾਈ ਮੰਗ? ਕਾਰਵਾਈ ਉਹਨੂੰ ਸਜ਼ਾ ਜਿਹਾ ਹੋਣੀ ਚਾਹੀਦੀ, ਜਿਹੜੀ ਬਣਦੀ ਉਹਦੀ ਸਜ਼ਾ ਉਹਨੂੰ ਦਿੱਤੀ ਜਾਵੇ। ਅਜੇ ਤੱਕ ਉਹ ਫੜਿਆ ਨਹੀਂ ਗਿਆ ਅਤੇ ਭੱਜ ਗਿਆ। ਤੁਸੀਂ ਪੁਲਿਸ ਵਾਲੇ ਹੋ? ਪੁਲਿਸ ਸਰ, ਤੁਹਾਡੀ ਜਿਹੜੀ ਬੱਚੀ ਦਾ ਮਰਡਰ ਹੋਇਆ, ਕਿੱਦਾਂ ਹੋਇਆ ਸਾਰਾ ਵਾਕਿਆ, ਕੀ ਕਹਿਣਾ ਚਾਹੋਗੇ? ਮੈਨੂੰ ਮੈਨੂੰ 4:30 ਫੋਨ ਆਇਆ ਮੇਰੇ ਘਰਦਿਆਂ ਦਾ ਵੀ, ਹਾਂ ਵੀ ਕੁੜੀ ਨੂੰ ਫਾਹ ਦੇ ਕੇ ਉਹਨੇ ਮਾਰਤਾ ਵਾ, ਉਹਦੇ ਘਰ ਵਾਲੇ ਨੇ ਫਾਹ ਦੇ ਕੇ ਉਹਨੂੰ ਮਾਰ ਕੇ ਉਹਨੂੰ ਮੁੜ ਕੇ ਟੰਗ ਦਿੱਤਾ ਅਤੇ ਮੁੜ ਕੇ ਉਹ ਭੱਜ ਗਿਆ ਵਾ। ਮੈਨੂੰ ਤਾਂ ਉਦੋਂ ਫੋਨ ਕੀਤਾ ਵੀ ਜਦੋਂ ਉਹਨੇ ਲਾਇਆ ਵਾ ਅਤੇ ਉਹਦੇ ਚਾਚੇ ਨੇ ਲਾ ਕੇ, ਅਤੇ ਫਿਰ ਫੋਨ ਕੀਤਾ ਵੀ ਹਾਂ ਜੀ ਸਾਡੀ ਕੁੜੀ ਨੂੰ ਫਾਹਾ ਦਾ ਲਾ ਕੇ ਤਾਂ ਮਰ ਗਈ ਆ। ਕੀ ਨਾਮ ਕੀ ਸੀਗਾ ਉਹਦੇ ਘਰ ਵਾਲੇ ਦਾ, ਘਰਦਿਆਂ ਦਾ ਕੀ ਨਾਮ ਸੀ? ਮੇਰੀ ਕੁੜੀ ਦਾ ਨਾਂ ਜੀ ਅਮਿਤਪ੍ਰੀਤ ਆ ਅਤੇ ਮੁੰਡੇ ਦਾ ਨਾਂ ਸੀਗਾ ਮਿੰਟੂ, ਗੁਰਵਿੰਦਰ ਸਿੰਘ ਮਿੰਟੂ ਆ। ਉਹਨੇ ਨਸ਼ੇ ਦੇ ਵਿੱਚ ਕੰਮ ਕੀਤਾ, ਨਸ਼ੇ ਦੇ ਵਿੱਚ ਇਹ ਕੋਈ ਗੋਲ ਗੋਲ ਹੋਏ ਆ, ਕੋਈ ਗੱਲਬਾਤ ਹੋਈ ਆ ਅਤੇ ਲੜੇ ਆ, ਲੜ ਕੇ ਅਤੇ ਕੰਮ ਹੋਇਆ। ਕਿੰਨੀ ਕੁ ਉਮਰ ਸੀ ਬੱਚੇ? ਉਮਰ 19 ਸਾਲ ਦੀ। ਤਾਂ ਹੁਣ ਕਿਹੋ ਜਿਹੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ? ਪੁਲਿਸ ਅਸੀਂ ਤਾਂ ਹੁਣ ਚਾਹੁੰਦੇ ਹਾਂ ਜੀ ਮੁੰਡੇ ਨੂੰ ਫੜ ਕੇ ਅਤੇ ਸਜ਼ਾ ਦਿੱਤੀ ਜਾਵੇ। ਲੜਕੀ ਦੇ ਸੁਸਾਈਡ ਦਾ ਮਰਡਰ ਦਾ ਮਾਮਲਾ ਸਾਹਮਣੇ ਆਇਆ, ਕੀ ਸਾਰੀ ਗੱਲਬਾਤ ਸੀਗੀ, ਕੀ ਸਾਰਾ ਮਾਮਲਾ? ਇਹ ਕੱਲ੍ਹ ਸਾਨੂੰ ਪਤਾ ਲੱਗਾ ਜਦੋਂ ਹੋਸਪਿਟਲ ਤੋਂ ਚੇਤਾ ਹੀ ਆ ਕਿ ਇੱਕ ਬਰਾਊਟ ਡੈਥ ਹੋਈ ਆ। ਅਸੀਂ ਉੱਥੇ ਮੌਕੇ 'ਤੇ ਪਹੁੰਚੇ ਹਾਂ ਅਤੇ ਸਾਡੇ ਜਾਣ ਤੋਂ ਪਹਿਲਾਂ ਇਹਦੀ ਡੈਡ ਬੋਡੀ ਉੱਥੇ ਲੈ ਗਏ ਸੀ ਹੋਸਪਿਟਲ। ਉਹਦੇ ਪੇਰੈਂਟਸ ਦੇ ਬਿਆਨ 'ਤੇ ਅਸੀਂ ਮੁਕੱਦਮਾ ਦਰਜ ਕੀਤਾ ਵਾ ਕਿ ਇਹਨੇ ਲੜਕੀ ਮੇਰੀ ਨੇ ਗਲ 'ਚ ਚੁੰਨੀ ਪਾ ਕੇ ਫਾਹਾ ਲੈ ਲਿਆ। ਉਹ ਤੋਂ ਤੰਗ ਪਰੇਸ਼ਾਨ ਕਰਦਾ ਸੀ, ਉਹਦੇ ਘਰ ਵਾਲਾ ਉਹਨੂੰ ਨਸ਼ੇ ਕਰਨ ਦਾ ਆਦੀ ਸੀ। ਇਸ ਸੰਬੰਧੀ ਜਿਹੜੀ ਤਫਤੀਸ਼ ਆ ਉਹ ਸਾਡੇ ਅਜੇ ਮੌਕੇ ਤੋਂ ਭੱਜ ਗਿਆ ਉਹ ਬੰਦਾ ਜਿਹੜਾ, ਉਹਨੂੰ ਫੜ ਕੇ ਰੈਸਟ ਕਰਾਂਗੇ। ਉਹਦੇ ਤਫਤੀਸ਼ ਦਾ ਜੋ ਵੀ ਤੱਥ ਸਾਹਮਣੇ ਆਏ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਓ। ਸਰ, ਕਿਹੜੀ ਧਾਰਾਵਾਂ ਦੇ ਅਧੀਨ ਕਾਰਵਾਈ? ਅਜੇ 306 ਦੇ ਅਧੀਨ ਅਸੀਂ ਮੁਕੱਦਮਾ ਦਰਜ ਕੀਤਾ। ਬਾਕੀ ਹੋਰ ਵੀ ਜੇ ਕੋਈ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਇਹਦੀ ਰੈਸਟ ਪਾ ਕੇ ਅਤੇ ਅੱਗੇ ਤੋਂ ਜਿਹੜੀ ਕਾਰਵਾਈ ਕੀਤੀ ਜਾਵੇ। ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਜੋਤੀ ਸਮਰਾਟ ਪੰਡਿਤ ਤੁਲਸੀਦਾਸ ਜੀ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ, ਸੋਧਨ ਦੁਸ਼ਮਣ ਤੋਂ ਛੁਟਕਾਰਾ।
ਤਲਾਕ ਕੇਸ, ਜ਼ਮੀਨੀ ਝਗੜਾ, ਇਮੀਗ੍ਰੇਸ਼ਨ ਮਸਲੇ, ਕਰਜ਼ਾ ਮੁਕਤੀ, ਗੁਪਤ ਵਸ਼ੀਕਰਨ ਕਰਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਪਾਓ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98147 56620।